ਸਿਆਣਾ ਤਾਂ ਤੁਸੀਂ ਦੇ ਰਹੇ ਹੋ ਆਜ ਤੱਕ ਆਮਨੇ ਸਾਹਮਣੇ ਸਾਡੇ ਵਿੱਚ ਬਹੁਤ ਵਧੀਆ ਸਮਾਜ ਸੇਵਕ ਤੇ ਉਗੀ ਤੇ ਕਾਂਗਰਸ ਲੀਡਰ ਦੀ ਗੱਲ ਕਰੀ ਹੈ ਮੋਟੂ ਜੀ ਸਾਡੇ ਵਿੱਚ ਮੌਜੂਦ ਹਨ ਸਭ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਜਿਹੜਾ ਸਰਕਾਰ ਨੇ ਜੋ ਲੋਕਡਾਊਨ ਖੋਲਿਆ ਜਾਂ ਕਰਫਿਊ ਖੋਲਣ ਦੀ ਗੱਲ ਕੀਤੀ ਹੈ ਖੋਲਿਆ ਸਨ ਜੋ ਸੜਕਾਂ ਦੇ ਵਿੱਚ ਜੋ ਭੀੜ ਰਸ਼ ਵੇਖਣ ਨੂੰ ਮਿਲ ਰਿਹਾ ਇਹ ਕੀ ਜ਼ਰੂਰੀ ਸੀ ਕਿ ਨਹੀਂ ਜ਼ਰੂਰੀ ਮੋਟੂ ਜੀ ਸਭ ਨਾਲ ਪਹਿਲਾਂ ਤੁਹਾਡਾ ਆਜ ਤੱਕ ਆਮਨੇ ਸਾਹਮਣੇ ਵਿੱਚ ਬਹੁਤ ਜ਼ਿਆਦਾ ਸਵਾਗਤ ਕੀਤਾ ਇਹਨਾਂ ਤੇ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਛੋਟਾ ਜਿਹਾ ਸਮਾਂ ਦਿੱਤਾ ਗੱਲਬਾਤ ਕਰਨ ਦਾ ਇਹ ਕੀ ਲੱਗਦਾ ਜਿਹੜਾ ਖੋਲਿਆ ਮੋਟੂ ਜੀ ਲੋਕਡਾਊਨ ਦੀ ਗੱਲ ਕਰੀਏ ਕਰਫਿਊ ਦੀ ਗੱਲ ਕਰੀਏ ਇਹ ਬਹੁਤ ਜ਼ਰੂਰੀ ਸੀ ਇਹਨਾਂ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਤੁਸੀਂ ਕੁਐਸਚਨ ਕੀਤਾ ਕਿ ਕਰਫਿਊ ਬੇਸਿਕਲੀ ਕੀ ਹੈ ਕਿ ਅਸੀਂ ਕਰਫਿਊ ਜਦੋਂ ਖੁੱਲ੍ਹਿਆ ਲੋਕਾਂ ਦੇ ਵਿੱਚ ਇੰਨੀ ਦੌੜ ਲੱਗ ਗਈ ਕਿ ਪਤਾ ਨਹੀਂ ਸ਼ਾਇਦ ਕਰੋਨਾ ਹੈਗਾ ਜਾਂ ਨਹੀਂ ਹੈਗਾ ਲੋਕਾਂ ਨੇ ਇਸ ਚੀਜ਼ ਦੀ ਪ੍ਰਿਕੋਸ਼ਨ ਨਹੀਂ ਕੀਤੀ ਅਗਰ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਹਾਂ ਲੋਕਾਂ ਨੂੰ ਦੇਖਦੇ ਹਾਂ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਪ੍ਰੋਪਰ ਤਰੀਕੇ ਦੇ ਨਾਲ ਉਹਦਾ ਪਾਲਣ ਨਹੀਂ ਕੀਤਾ ਤੁਸੀਂ ਜੋਤੀ ਚੌਂਕ ਚਲੇ ਜਾਓ ਤੁਸੀਂ ਕਿਸੇ ਭੀੜੇ ਬਾਜ਼ਾਰ ਦੇ ਵਿੱਚ ਚਲੇ ਜਾਓ ਮੈਂ ਕੱਲ੍ਹ ਦੁਪਹਿਰੇ ਗੁੜ ਮੰਡੀ ਕੋਈ ਸਮਾਨ ਲੈਣ ਵਾਸਤੇ ਗਿਆ ਉੱਥੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਸ਼ਾਇਦ ਸਾਡੇ ਪੰਜਾਬ ਕੀ ਇੰਡੀਆ ਦੇ ਵਿੱਚ ਕਰੋਨਾ ਨਾਮ ਦੀ ਕੋਈ ਬਿਮਾਰੀ ਆਈ ਨਹੀਂ ਬਿਲਕੁਲ ਜਿਵੇਂ ਦੁਕਾਨਦਾਰ ਨੂੰ ਇੱਦਾਂ ਲੱਗਾ ਕਿ ਕਰੋਨਾ ਨਾਮ ਦੀ ਮਾਰੀ ਉਹ ਸਮਝੇ ਕੁਛ ਨਹੀਂ ਉਹਨਾਂ ਨੂੰ ਬਿਲਕੁਲ ਬਿਲਕੁਲ ਦੁਕਾਨਦਾਰ ਉੱਥੇ ਹਾਂ ਠੀਕ ਹੈ ਲੋਕਾਂ ਨੇ ਮਾਸਕ ਪਾਏ ਸੀਗੇ ਸੈਨੀਟਾਈਜ਼ਰ ਵੀ ਯੂਜ਼ ਕਰਦੇ ਹੋਣਗੇ ਲੇਕਿਨ ਸੋਸ਼ਲ ਡਿਸਟੈਂਸਿੰਗ ਦਾ ਕੋਈ ਪਾਲਣ ਨਹੀਂ ਮੈਨੂੰ ਨਜ਼ਰ ਆਇਆ ਪਰ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਸਾਰੇ ਸੇਵਾਦਾਰ ਨੇ ਉਹ ਥਾਂ ਥਾਂ 'ਤੇ ਲੱਗੇ ਹੋਏ ਨੇ ਚਲਾਨ ਵੀ ਹੋ ਰਹੇ ਨੇ ਪ੍ਰਕੋਸ਼ਨ ਵੀ ਕਰ ਰਹੇ ਨੇ ਲੇਕਿਨ ਲੋਕ ਨਹੀਂ ਸਮਝ ਰਹੇ ਜਿਹੜੇ ਹੁਣ ਸਾਨੂੰ ਆਹ ਢਿੱਲ ਦਿੱਤੀ ਗਈ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਵੀ ਤੁਸੀਂ ਚੱਲ ਜਾਓ ਇਸ ਟਾਈਮ ਛੋਟੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਉੱਥੇ ਇਸ ਤਰ੍ਹਾਂ ਲੱਗੇਗਾ ਕਿ ਸ਼ਾਇਦ ਕਰੋਨਾ ਹੈ ਹੀ ਨਹੀਂ ਹੈ ਬਿਲਕੁਲ ਹੁਣ ਜੀ ਸੜਕਾਂ ਦੀ ਗੱਲ ਵੀ ਕਰੀਏ ਅਸੀਂ ਜਦੋਂ ਤੁਸੀਂ ਜਾਂਦੇ ਅਸੀਂ ਕੋਈ ਵੀ ਜਾਂਦੇ ਅਸੀਂ ਵਿਜ਼ਿਟ ਕਰੀਏ ਰੋਡ ਦੀ ਗੱਲ ਕਰੀਏ ਤੇ ਸ਼ਾਇਦ ਅੰਨਾ ਰਸਤੇ ਮੇਰੇ ਨਾਲ ਲੋਕਡਾਊਨ ਤੋਂ ਪਹਿਲਾਂ ਵੀ ਨਹੀਂ ਸੀ ਜਿੰਨਾ ਹੁਣ ਵੇਖਣ ਨੂੰ ਮਿਲ ਰਿਹਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਪਹਿਲਾਂ ਨਹੀਂ ਸੀ ਰਸ਼ ਹੁਣ ਲੋਕ ਇਸ ਟਾਈਮ ਸੜਕਾਂ 'ਤੇ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਕੰਮ ਦੀ ਤਲਾਸ਼ ਦੇ ਵਿੱਚ ਵੀ ਹੈ ਬਿਲਕੁਲ 2 ਮਹੀਨੇ ਹੋ ਗਏ ਹੈ ਲੋਕਾਂ ਦੇ ਕੰਮ ਕਾਰ ਠੱਪ ਹੋ ਗਏ ਨੇ ਜਿਸ ਮਾਲਕ ਦੇ ਕੋਲ ਕੰਮ ਕਰਦੇ ਸੀਗੇ ਮੇਰੇ ਕਈ ਲੋਕਾਂ ਮੈਨੂੰ ਫੋਨ ਆਏ ਮੇਰੇ ਯਾਰਾਂ ਦੋਸਤਾਂ ਦੇ ਕਿ ਮੈਨੂੰ ਭਾਅ ਜੀ ਕਿਤੇ ਕੰਮ 'ਤੇ ਲਗਵਾ ਦਿਓ ਲੇਕਿਨ ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਜਿੱਥੇ ਤੁਸੀਂ ਪਹਿਲਾਂ ਕੰਮ ਕਰਦੇ ਸੀ ਉੱਥੇ ਕਿਉਂ ਨਹੀਂ ਜਾਣਾ ਕਹਿੰਦੇ ਜੀ ਸਾਡੇ ਮਾਲਕ ਨੇ ਸਾਨੂੰ 2-3 ਮਹੀਨੇ ਲਈ ਜੇ ਕਹਿ ਦਿੱਤਾ ਕਿ ਹਜੇ ਮੈਂ ਤੁਹਾਨੂੰ ਨਹੀਂ ਰੱਖ ਸਕਦਾ ਕੁਛ ਲੋਕ ਤਾਂ ਅਨਇੰਪਲੋਇਮੈਂਟ ਪੜ੍ਹੇ ਲਿਖੇ ਸਾਡੇ ਮੇਰੇ ਭੈਣ ਭਰਾ ਜਿਹੜੇ ਉਹ ਸੜਕਾਂ 'ਤੇ ਇਸ ਟਾਈਮ ਨੌਕਰੀ ਦੀ ਤਲਾਸ਼ ਦੇ ਵਿੱਚ ਹੈ ਔਰ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਮੁੰਡੀ ਬਿਲਕੁਲ ਇੱਕ ਬਹੁਤ ਵੱਡੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਨੇ ਇੰਪਲਾਈਜ਼ ਨੇ ਜਿਨ੍ਹਾਂ ਨੇ ਆਪਣੇ ਵਰਕਰਾਂ ਨੂੰ ਸ਼ੋਪ ਤੋਂ ਕੱਢਤਾ ਮਨਾ ਕਰਤਾ ਕਿ 2-3 ਟਾਈਮ ਨੇ ਨਹੀਂ ਆਉਣਾ ਕੀ ਗੱਲ ਮੈਨੂੰ ਲੱਗਦਾ ਕਿ ਉਹਨਾਂ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਉਹਨਾਂ ਨੂੰ ਨਹੀਂ ਲੱਗਦਾ ਕਿ ਜਿਹੜਾ ਵਰਕਰ ਜਿਹੜਾ ਮੇਰੇ ਕੋਲ 1.5 ਸਾਲ ਜਾਂ 5 ਸਾਲ ਤੋਂ ਕੰਮ ਕਰ ਰਿਹਾ ਅਗਰ ਉਹਨੂੰ ਰੱਖਣਾ ਵੀ ਹੈ ਤਾਂ ਉਹਦਾ ਟੈਸਟਿੰਗ ਕਰਾ ਕੇ ਵੀ ਉਹਨੂੰ ਰੱਖ ਸਕਦਾ ਕਿ ਰੋਜ਼ਗਾਰ ਦੇਣ ਦਾ ਉਹਦੀ ਨਿਸ਼ਚਿਤ ਹੋਣ 'ਤੇ ਲੇਕਿਨ ਮੈਂ ਉਹਨਾਂ ਨੂੰ ਇਹ ਕੁਐਸਚਨ ਕੀਤਾ ਸੀ ਉਹ ਕਹਿਣ ਲੱਗੇ ਕਿ ਸਾਡੇ ਬੌਸ ਸਾਨੂੰ ਇੱਕੋ ਹੀ ਆਨਸਰ ਦਿੰਦੇ ਨੇ ਕਿ ਇਸ ਟਾਈਮ ਤਾਂ ਮੈਂ ਖੁਦ ਆਪਣਾ ਮੇਰਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਮੈਂ ਤੁਹਾਨੂੰ ਕਿੱਥੋਂ ਰੋਟੀ ਲੈ ਕੇ ਦੇਵਾਂਗਾ ਮੈਂ ਜਿੰਨੀ ਕੁ ਮੇਰੀ ਮਦਦ 2 ਮਹੀਨਿਆਂ ਦੇ ਵਿੱਚ ਹੋ ਸਕਦੀ ਸੀ ਮੈਂ ਤੁਹਾਡੀ ਕਰ ਦਿੱਤੀ ਹਾਂ ਮੇਰਾ ਆਫਿਸ ਹੈ ਮੇਰੇ ਆਫਿਸ ਦੇ ਵਿੱਚ ਵੀ ਮੇਰੇ ਕੋਲ 2-3 ਮੇਰੇ ਹੈ ਇੰਪਲਾਈ ਹੈ ਮੈਂ 2 ਲੜਕਿਆਂ ਨੂੰ ਆਪਣੇ ਨੂੰ ਪਿੰਡ ਭੇਜ ਦਿੱਤਾ ਕਿ ਤੁਸੀਂ ਬੇਟਾ ਪਿੰਡ ਚਲੇ ਜਾਓ ਤੁਸੀਂ ਜਦੋਂ ਉੱਥੋਂ ਆਓਗੇ ਜੋ ਮੇਰਾ ਖਰਚਾ ਪਾਣੀ ਬੰਦਾ ਸੀ ਜੈਨੂਅਨ ਮੈਂ ਉਹਨਾਂ ਨੂੰ ਦੇ ਦਿੱਤਾ ਤੁਸੀਂ ਚਲੇ ਜਾਓ 2 ਮਹੀਨਿਆਂ ਲਈ ਪਿੰਡ ਜਦੋਂ ਮਾਹੌਲ ਠੀਕ ਹੋਏਗਾ ਕੰਮ ਕਾਰ ਠੀਕ ਹੋਏਗਾ ਤੁਸੀਂ ਵਾਪਸ ਆ ਜਾਓ ਅਸੀਂ ਤੁਹਾਨੂੰ ਜੋ ਤੁਹਾਡੀ ਜਿਸ ਤਰੀਕੇ ਦੀ ਸੈਲਰੀ ਬਣਦੀ ਹੈ ਮੈਂ ਜ਼ਰੂਰ ਦੇਵਾਂਗਾ ਇਸ ਟਾਈਮ ਮਾਰਕੀਟ ਦੇ ਹਾਲਾਤ ਕਾਰੋਬਾਰ ਨੂੰ ਦੇਖ ਕੇ ਅਸੀਂ ਦੇਖੀਏ ਕਿ ਬਹੁਤ ਜ਼ਿਆਦਾ ਖਰਾਬ ਹੋ ਗਏ ਨੇ ਕੰਮ ਤਾਂ ਪਹਿਲਾਂ ਹੀ ਬਹੁਤ ਡਾਊਨ ਸੀ ਮਾਰਕੀਟ ਦੇ ਵਿੱਚ ਲੇਕਿਨ ਅੱਜ ਟੋਟਲੀ ਕੰਮ ਖਤਮ ਹੋ ਗਿਆ ਜਦੋਂ ਦਾ ਕਰੋਨਾ ਵਾਇਰਸ ਆਇਆ ਵੱਡੇ ਤੋਂ ਵੱਡਾ ਕਾਰੋਬਾਰੀ ਵੀ ਪਰੇਸ਼ਾਨ ਹੈ ਛੋਟੇ ਤੋਂ ਛੋਟਾ ਕਾਰੋਬਾਰੀ ਵੀ ਪਰੇਸ਼ਾਨ ਹੈ ਲੇਕਿਨ ਅੱਜ ਮੈਂ ਆਜ ਤੱਕ ਆਮਨੇ ਸਾਹਮਣੇ ਜ਼ਰੀਏ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸਰਕਾਰ ਨੂੰ ਵੀ ਕਿ ਸਾਡੇ ਵਰਗੇ ਜਿਹੜੇ ਮਿਡਲ ਕਲਾਸ ਬੰਦੇ ਆ ਕਿਰਪਾ ਕਰਕੇ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਔਰ ਉੱਪਰ ਸਾਡੇ ਬਹੁਤ ਹੀ ਮਾਣਯੋਗ ਚੀਫ ਮਿਨਿਸਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕੈਪਟਨ ਸਾਹਿਬ ਕਿਰਪਾ ਕਰਕੇ ਜਿਹੜੇ ਸਾਡੇ ਵਰਗੇ ਦਰਮਿਆਨੇ ਬੰਦੇ ਆ ਮਿਡਲ ਕਲਾਸ ਦੇ ਬੰਦੇ ਆ ਉਹਨਾਂ ਵੱਲ ਵੀ ਤੁਸੀਂ ਥੋੜ੍ਹਾ ਧਿਆਨ ਦਿਓ ਤੁਸੀਂ ਰਾਸ਼ਨ ਬਹੁਤ ਵੰਡਿਆ ਪ੍ਰਸ਼ਾਸਨ ਨੂੰ ਰਾਸ਼ਨ ਭੇਜਿਆ ਤੁਸੀਂ ਜਿਹੜੇ ਕਿ ਲੋਅਰ ਲੈਵਲ ਦੇ ਆ ਜ਼ਰੂਰਤਮੰਦ ਆ ਉਹਨਾਂ ਨੂੰ ਸਾਰਿਆਂ ਨੂੰ ਰਾਸ਼ਨ ਦਿੱਤਾ
लेकिन अज जिहड़े साडे वर्गे मिडल क्लास बंदे आ ना उपर वाले च ना थले वाले च असीं की करांगे कित्थे जावांगे साडे कारोबार इस टाइम नहीं चल रहे साडे खर्चे ओह ही है अगर असीं अज देखिए जिहड़े खर्चे साडे 6 महीने पहला सी अज भी साडे खर्चे ओह ही है असीं अपने स्टाफ नूं सैलरी भी देनी है असीं अपने परिवार नूं भी देखना है सारा कुछ देखना लेकिन किस तरह देखांगे साडी कोई आमदनी नजर आ रही बिल्कुल मोंटी जी तुहाडा बहुत वधिया जो तुसीं गल कीती है बड़ी अच्छी है अमीर अमीर ही रहेगा बिल्कुल भी अमीर है बिल्कुल गरीब की गल करिए उन्हें हर एक इंसान दे रहा है मिडिल इंसान भी दे रहा है अमीर इंसान भी दे रहा है बिल्कुल रही गल हुण मिडिल दी करिए ते मिडिल बेस्ट टाइम बिल्कुल अंदरों खोखला के खाली हो चुका है दोस्तों जाना नहीं कितने प्रोग्राम में मुलाकात आमने सामने फिर तो लेकर